हर हर महादेव। दोस्तों आप देख रहे हो आपका अपना चैनल स्मार्ट इंडिया डायल। आज मैं सुनील कुमार और अपने चैनल वालों सारे देशवासियों इलाका वासियों पूरे पंजाब वासियों महाशिवरात्रि के शुभ अवसर से साढ़े चैनल वालों लख लख बधाई और बहुत बहुत शुभकामना। असं उम्मीद करते हैं कि भोलेनाथ जो शंकर भगवान ताड़े जीवन से बहुत ज़्यादा खुशियां लैके आवे और जिहड़ा तुसी सानू प्यार इस तरीके दिंदे आए हो हर साल, अज भी इसी तरीके सानू प्यार देने बहुत बहुत शुक्रिया। साड़ी टीम पूरी पहुंची
ਰੱਖੀ ਆ ਜਲੰਧਰ ਕੈਂਟ ਦੀਪਨਗਰ ਦੇ ਵਿੱਚ ਜਿੱਥੇ ਕਿ ਬਹੁਤ ਹੀ ਸ਼ੂਮ ਧੂਮਧਾਮ ਨਾਲ ਸ਼ਰਧਾ ਭਾਵਨਾ ਜਿਹੜੀ ਮਹਾਂ ਸ਼ਿਵਰਾਤਰੀ ਦਾ ਤਿਉਹਾਰ ਜਿਹੜਾ ਮਨਾਇਆ ਜਾਂਦਾ ਔਰ ਬਹੁਤ ਹੀ ਸ਼ਰਧਾ ਭਾਵਨਾ ਇੱਥੇ ਤਿਉਹਾਰ ਜਿਹੜਾ ਮਨਾਇਆ ਜਾਂਦਾ ਬਹੁਤ ਹੀ ਸੋਹਣੀਆਂ ਸੋਹਣੀਆਂ ਝਾਕੀਆਂ ਨਿਕਲਦੀਆਂ ਇੱਕ ਦਿਨ ਪਹਿਲਾਂ ਇੱਥੇ ਸੋਹਣੀਆਂ ਸੋਹਣੀਆਂ ਝਾਕੀਆਂ ਕੱਢੀਆਂ ਜਾਂਦੀਆਂ ਔਰ ਦੂਸਰੇ ਦਿਨ ਵੀ ਜਿਹੜੀਆਂ ਪ੍ਰਭਾਤ ਫੇਰੀਆਂ ਝਾਕੀਆਂ ਇੱਥੇ ਮੰਦਿਰ ਦੇ ਵਿੱਚ ਜਿਹੜਾ ਰਾਮਬਾਗ ਮੰਦਿਰ ਹੈਗਾ ਉਹਦੇ ਵਿੱਚ ਆਉਂਦੀਆਂ ਔਰ ਬਹੁਤ ਹੀ ਸ਼ਰਧਾ ਭਾਵਨਾ ਇੱਥੇ ਦੀ ਲੋਕਾਂ ਦੀ ਬਹੁਤ ਹੀ ਜ਼ਿਆਦਾ ਸ਼ਰਧਾ ਜੁੜੀ ਹੋਈ ਆ ਤੁਸੀਂ ਕਹਿ ਸਕਦੇ ਹੋ ਪੂਰੇ ਪੰਜਾਬ ਪੂਰੇ ਜਲੰਧਰ ਦੇ ਵਿੱਚ ਇੱਦਾਂ ਦੀ ਸ਼ਿਵਰਾਤਰੀ ਦਾ ਤਿਉਹਾਰ ਜਿਹੜਾ ਕਿਤੇ ਨਹੀਂ ਮਨਾਇਆ ਜਾਂਦਾ ਸਾਡੀ ਪੂਰੀ ਟੀਮ ਦੇ ਨਾਲ ਤੁਹਾਨੂੰ ਲਾਈਵ ਦਰਸ਼ਨ ਕਰਾਵਾਂਗੇ ਭਗਵਾਨ ਭੋਲੇਨਾਥ ਜੀ ਦੇ ਔਰ ਪੂਰਾ ਮਹਾਂ ਸ਼ਿਵਰਾਤਰੀ ਦਾ ਮੇਲਾ ਵੀ ਦਿਖਾਵਾਂਗੇ ਆਓ ਚੱਲਦੇ ਹਾਂ ਤੁਹਾਨੂੰ ਦਿਖਾਉਂਦੇ ਹਾਂ ਔਰ ਉਸ ਤੋਂ ਪਹਿਲਾਂ ਸਾਡੀ ਸਾਰੀ ਟੀਮ ਦੇ ਨਾਲ ਤੁਹਾਨੂੰ ਇੰਟਰੋਡਿਊਸ ਕਰਾਉਂਦੇ ਔਰ ਗੱਲਬਾਤ ਕਰਦੇ ਹਾਂ ਨਮਸਕਾਰ ਸਮਾਰਟ ਇੰਡੀਆ ਡਾਇਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸ਼ਿਵਰਾਤਰੀ ਦੀਆਂ ਲੱਖ ਲੱਖ ਮੁਬਾਰਕਾਂ ਅੱਜ ਅਸੀਂ ਆਏ ਹਾਂ ਜਲੰਧਰ ਕੈਂਟ ਦੇ ਦੀਪਨਗਰ ਵਿੱਚ ਜਿੱਥੇ ਕਿ ਇਹ ਸ਼ਿਵਰਾਤਰੀ ਦਾ ਮਹਾਂ ਤਿਉਹਾਰ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਅਤੇ ਅੱਜ ਅਸੀਂ ਤੁਹਾਨੂੰ ਸਾਰਿਆਂ ਨੂੰ ਦਿਖਾਵਾਂਗੇ ਕਿ ਕਿੰਨੀ ਸ਼ਰਧਾ ਭਾਵਨਾ ਦੇ ਨਾਲ ਇਹ ਤਿਉਹਾਰ ਮਨਾਇਆ ਜਾਂਦਾ ਹੈ ਅਤੇ ਸਾਡੇ ਚੈਨਲ ਦੇ ਨਾਲ ਬਣੇ ਰਹਿਣ ਲਈ ਇਸ ਤਰ੍ਹਾਂ ਦੀਆਂ ਕਈ ਹੋਰ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਬਟਨ ਦਬਾਓ ਜੈ ਮਹਾਦੇਵ ਹਰ ਹਰ ਮਹਾਦੇਵ ਨਮਸਕਾਰ ਸਮਾਰਟ ਇੰਡੀਆ ਡਾਇਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਆਪਣੇ ਚੈਨਲ ਵਿੱਚ ਸਵਾਗਤ ਕਰਦੀ ਹਾਂ ਮੈਂ ਸ਼ਿਵਾਨੀ ਗਾਈ ਅੱਜ ਤੁਹਾਨੂੰ ਲੈ ਆਈ ਹਾਂ ਜਲੰਧਰ ਕੈਂਟ ਦੇ ਦੀਪਨਗਰ ਵਿੱਚ ਜਿੱਥੇ ਰਾਮਬਾਗ ਵਿੱਚ ਮਹਾਸ਼ਿਵਰਾਤਰੀ ਦਾ ਪ੍ਰੋਗਰਾਮ ਬਹੁਤ ਹੀ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਆਓ ਤੁਹਾਨੂੰ ਦਿਖਾਉਂਦੇ ਹਾਂ ਕਿਸ ਤਰ੍ਹਾਂ ਇੱਥੇ ਮਹਾਸ਼ਿਵਰਾਤਰੀ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਹੈ ਅਤੇ ਮੈਂ ਆਪਣੇ ਦਰਸ਼ਕਾਂ ਨੂੰ ਕਹਿਣਾ ਚਾਹੁੰਦੀ ਹਾਂ ਜਿਨ੍ਹਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਅੱਜ ਹੀ ਸਬਸਕ੍ਰਾਈਬ ਕਰੋ ਅਤੇ ਇੱਦਾਂ ਦੀਆਂ ਨਵੀਆਂ ਨਵੀਆਂ ਤਾਜ਼ਾ ਖਬਰਾਂ ਦੇਖਣ ਲਈ ਸਾਡੇ ਚੈਨਲ ਦੇ ਨਾਲ ਬਣੇ ਰਹੋ ਇਸੇ ਤਰ੍ਹਾਂ ਸਾਡੇ ਚੈਨਲ ਨੂੰ ਪਿਆਰ ਦਿੰਦੇ ਰਹੋ ਧੰਨਵਾਦ ਅਤੇ ਮਹਾਸ਼ਿਵਰਾਤਰੀ ਦੇ ਸਾਰੇ ਦਰਸ਼ਕਾਂ ਨੂੰ ਲੱਖ ਲੱਖ ਵਧਾਈਆਂ ਰੱਬ ਤੁਹਾਨੂੰ ਇੱਥੇ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਸਾਡੇ ਚੈਨਲ ਨੂੰ ਇੱਦਾਂ ਹੀ ਪਿਆਰ ਦਿੰਦੇ ਰਹੋ ਸ਼ੁਕਰੀਆ ਨਮਸਕਾਰ ਮੈਂ ਮੋਬੀ ਗੁਲਾਟੀ ਸਮਾਰਟ ਇੰਡੀਆ ਡਾਇਲ ਵੱਲੋਂ ਅਤੇ ਆਪਣੇ ਪੂਰੇ ਪਰਿਵਾਰ ਵੱਲੋਂ ਸ਼ਿਵਰਾਤਰੀ ਦੀਆਂ ਹਾਰਦਿਕ ਸ਼ੁਭਕਾਮਨਾਵਾਂ ਦਿੰਦਾ ਹਾਂ ਅਤੇ ਕੱਲ੍ਹ ਲਾਈਵ ਤਸਵੀਰਾਂ ਦੇ ਵਿੱਚ ਦਿਖਾਵਾਂਗੇ ਸਮਾਰਟ ਇੰਡੀਆ ਡਾਇਲ ਦੀ ਪੂਰੀ ਟੀਮ ਵੱਲੋਂ ਤੁਹਾਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਸ਼ਿਵਰਾਤਰੀ ਦੀਆਂ ਅਤੇ ਅੱਗੇ ਅਸੀਂ ਆਏ ਹਾਂ ਹੁਣ ਰਾਮਬਾਗ ਦੇ ਵਿੱਚ ਤੁਹਾਨੂੰ ਅਸੀਂ ਲਾਈਵ ਤਸਵੀਰਾਂ ਦਿਖਾਵਾਂਗੇ ਕਿ ਸ਼ਿਵਰਾਤਰੀ ਕਿਸ ਇਹ ਸੀ ਸਾਡੀ ਟੀਮ ਅਸੀਂ ਸਾਨੂੰ ਇੰਟਰੋਡਿਊਸ ਕਰਾਇਆ ਕਿ ਸਾਡੀ ਟੀਮ ਵੱਲੋਂ ਇੱਕ ਵਾਰ ਫਿਰ ਮਹਾਂਸ਼ਿਵਰਾਤਰੀ ਦੇ ਸ਼ੁਭ ਮੌਕੇ ਦੇ ਤੁਹਾਨੂੰ ਸਾਰਿਆਂ ਨੂੰ ਦੇਸ਼ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਔਰ ਬਹੁਤ ਹੀ ਸ਼ਰਧਾ ਭਾਵਨਾ ਇੱਥੇ ਜਿਹੜਾ ਮਹਾਂਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਜਾਂਦਾ ਪੂਰੇ ਪੰਜਾਬ ਦੇ ਵਰ ਪ੍ਰਸਿੱਧ ਤਿਉਹਾਰ ਇੱਥੇ ਮਨਾਇਆ ਜਾਂਦਾ ਇਸ ਵਕਤ ਅਸੀਂ ਆ ਕੇ ਖੜ੍ਹੇ ਹਾਂ ਰਾਮਬਾਗ ਮੰਦਿਰ ਦੇ ਵਿੱਚ ਦੀਪਨਗਰ ਦੇ ਵਿੱਚ ਅਸੀਂ ਤੁਹਾਨੂੰ ਪਹਿਲਾਂ ਚੱਲ ਕੇ ਦਰਸ਼ਨ ਕਰਵਾਉਂਦੇ ਹਾਂ ਬਾਅਦ 'ਚ ਬਾਹਰ ਚੱਲ ਕੇ ਪੂਰਾ ਜਿਹੜਾ ਮੇਲਾ ਇੱਥੇ ਜਿਹੜਾ ਬਹੁਤ ਹੀ ਜਿਹੜਾ ਬਹੁਤ ਹੀ ਭਾਰੀ ਮੇਲਾ ਇੱਥੇ ਸ਼ਿਵਰਾਤਰੀ ਦੇ ਉੱਪਰ ਲੱਗਦਾ ਅਸੀਂ ਉਹ ਸਾਰਾ ਦਿਖਾਵਾਂਗੇ ਬਹੁਤ ਹੀ ਸੋਹਣੇ ਸੋਹਣੇ ਇੱਥੇ ਝੂਲੇ ਲੱਗੇ ਹੋਏ ਦੁਕਾਨਾਂ ਲੱਗੀਆਂ ਹੋਈਆਂ ਔਰ ਬਹੁਤ ਹੀ ਤਰ੍ਹਾਂ ਤਰ੍ਹਾਂ ਦੇ ਲੰਗਰ ਭੰਡਾਰੇ ਵੀ ਇੱਥੇ ਲੱਗੇ ਹੋਏ ਆ ਕਈਆਂ ਨੇ ਸਟੇਜ ਵੀ ਲਾਈ ਆ ਔਰ ਬਹੁਤ ਹੀ ਸੋਹਣੀਆਂ ਸੋਹਣੀਆਂ ਝਾਕੀਆਂ ਪ੍ਰਭਾਤ ਫੇਰੀਆਂ ਇੱਥੇ ਜਿਹੜੀਆਂ ਨਿਕਲ ਰਹੀਆਂ ਬਹੁਤ ਹੀ ਨੱਚ ਗਾ ਕੇ ਇੱਥੇ ਦੇ ਲੋਕ ਜਿਹੜਾ ਇਹ ਤਿਉਹਾਰ ਮਨਾਉਂਦੇ ਆ ਆਓ ਚੱਲਦੇ ਪਹਿਲਾਂ ਸਾਡੇ ਚੈਨਲ ਦੇ ਰਾਹੀਂ ਅਸੀਂ ਆਸ਼ੀਰਵਾਦ ਲੈਂਦੇ ਹਾਂ ਭੋਲੇਨਾਥ ਜੀ ਦਾ ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਅਸੀਂ ਮੰਦਿਰ ਦੇ ਵਿੱਚ ਆਏ ਖੜ੍ਹੇ ਹਾਂ ਜਿਹੜੀ ਸੰਗਤਾਂ ਇੱਥੇ ਆਰਾਮ ਕਰ ਰਹੀਆਂ ਤੁਸੀਂ ਦੇਖ ਸਕਦੇ ਹੋ ਇੱਥੋਂ ਜਿਹੜਾ ਮਹਾਂਸ਼ਿਵਰਾਤਰੀ ਸ਼ੁਭ ਅਵਸਰ ਦੇ ਉੱਪਰ ਜਿਹੜਾ ਕਾਵੜ ਲੈ ਕੇ ਲੋਕ ਆਉਂਦੇ ਆ ਜਿਹੜੇ ਕਿ ਆਪਣੀ ਆਪਣੀ ਮਨੋਕਾਮਨਾ ਪੂਰੀ ਕਰਨ ਲਈ ਔਰ ਇੱਥੇ ਆ ਕੇ ਜਿਹੜਾ ਰੈਸਟ ਕਰਦੇ ਪਏ ਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਸ਼ਰਧਾ ਭਾਵਨਾ ਜਿਹੜਾ ਇਹ ਤਿਉਹਾਰ ਮਨਾਇਆ ਜਾਂਦਾ ਔਰ ਕਾਵੜ ਲੈਣ ਜਿਹੜਾ ਇਹ ਇੱਥੋਂ ਜਿਹੜਾ ਕਿ ਹਰਿਦੁਆਰ ਇਹ ਸਾਰੇ ਜਿਹੜੇ ਸ਼ਰਧਾਲੂ ਆ ਭਗਤ ਗਿਆ ਹਰਿਦੁਆਰ ਜਾਂਦੇ ਆ ਅੱਜ ਇੱਥੇ ਆ ਕੇ ਸ਼ਿਵਰਾਤਰੀ ਦੇ ਦਿਨ ਜਲ ਚੜਾ ਕੇ ਜਿਹੜੀ ਹੈ ਆਪਣੀ ਮਨੋਕਾਮਨਾ ਪੂਰੀ ਕਰਦੇ ਆ ਔਰ ਭੋਲੇਨਾਥ ਨੂੰ ਆਪਣੇ ਆਪਣੇ ਤਰੀਕੇ ਨਾਲ ਇੱਥੇ ਖੁਸ਼ ਕੀਤਾ ਜਾਂਦਾ ਆਓ ਚਲੀਏ ਦਰਸ਼ਨ ਕਰਦੇ ਹਾਂ ਔਰ ਭੋਲੇਨਾਥ ਜੀ ਕੋ ਅਸੀਂ ਵੀ ਆਸ਼ੀਰਵਾਦ ਲੈਂਦੇ ਹਾਂ ਕਿ ਸਾਡੇ ਚੈਨਲ ਨੂੰ ਤਰੱਕੀ ਦੇਵੇ ਔਰ ਸੱਚ ਬੋਲਣ ਦੀ ਸ਼ਕਤੀ ਦੇਵੇ ਔਰ ਤੁਹਾਡਾ ਹਮੇਸ਼ਾ ਹੀ ਪਿਆਰ ਇਸ ਤਰੀਕੇ ਨਾਲ ਸਾਨੂੰ ਮਿਲਦਾ ਰਹੇ ਭੋਲੇਨਾਥ ਜੀ ਦੇ ਮੰਦਿਰ ਦੇ ਵਿੱਚ ਅਸੀਂ ਆਏ ਖੜ੍ਹੇ ਹਾਂ ਕਿ ਜਿਹੜਾ ਭੋਲੇਨਾਥ ਜੀ ਦੀ ਪਿੰਡੀ ਆ ਉਹਦੇ ਦਰਸ਼ਨ ਕਰਵਾ ਰਹੇ ਹਾਂ ਬਹੁਤ ਹੀ ਸ਼ਰਧਾ ਭਾਵਨਾ ਜਿੱਦਾਂ ਕਿ ਤੁਸੀਂ ਦੇਖ ਰਹੇ ਲੋਕ ਆਪਣੀ ਆਪਣੀ ਮਨੋਕਾਮਨਾ ਮੰਗਦੇ ਪਏ ਆ ਇੱਥੇ ਜਲ ਚੜਾ ਰਹੇ ਆਪਣੇ ਆਪਣੇ ਤਰੀਕੇ ਨਾਲ ਪੂਜਾ ਪਾਠ ਪੂਜਾ ਅਰਚਨਾ ਇੱਥੇ ਕੀਤੀ ਜਾ ਰਹੀ ਹੈ ਬਹੁਤ ਹੀ ਜ਼ਿਆਦਾ ਉਤਸ਼ਾਹ ਇੱਥੇ ਦੇ ਲੋਕਾਂ ਦੇ ਵਿੱਚ ਬਣਿਆ ਹੋਇਆ ਅਸੀਂ ਹੁਣ ਤੁਹਾਨੂੰ ਦਰਸ਼ਨ ਕਰਵਾਵਾਂਗੇ ਭਗਵਾਨ ਭੋਲੇਨਾਥ ਜੀ ਦੇ
जय शंकर जी। हुण असी जिहड़ा कि भोलेनाथ जी नूं मत्था टेक लिया और पूरे मंदिर दे जिन्नी भी देवी देवत्या दे मंदिर हैगे आ मूर्तियां हैगे सारे तुहानूं दर्शन करवाए आ। एक होर इत्थे भोले बाबा की मूर्ति हैगी, असीं उहदे भी दर्शन करावांगे, कैमरामैन नूं कहांगे तुहानूं दिखाया जावे। और ये तुसीं देख रहे हो जिहड़ी पालकी दे कोल इस टाइम असीं खड़े हां, जिहड़ी कि भोले बाबा की पालकी भी निकलदी आ, उहदे भी तुहानूं असीं लाइव दर्शन करवा रहे हां। इस तों बाद लाइव पालकी दे तुहानूं लाइव असीं ये दर्शन करवा रहे हां, भोलेनाथ जी की पालकी जिहड़ी कि बहुत ही सोहणे तरीके इतों कढ़ी जा रही है। पूरे मंदिर के दर्शन करके साडा मन बहुत ही ज़्यादा खुश हो गया। और तुहानू किस तरीके का लगा प्लीज़ कमेंटा के जरूर दस्या करो। अगे असी बाहर चलते हैं और दिखाने किस तरीके का महाशिवरात्रि का त्यौहार मनाया जाता, बहुत ही ज़्यादा श्रद्धा भावना त्यौहार मनाया जाता। सवेर का टाइम आ बहुत ही ज़्यादा, इस तों बाद जो रश पै जाना बहुत ही ज़्यादा, जी ट्रैफिक हैगी वो भी बहुत ज़्यादा होंगी। और बहुत ही सोहने सोहने झूले दुकाना और जिहड़ियां सोहणियां सोहणियां झाकियां इतों निकलदियां भोलेनाथ के बहुत ही अच्छे अच्छे स्वरूप बनाए होंगे और डीजे और बहुत ही भारे पद्धर से जरा लंगर का प्रबंध किया हों, बहुत ही दूरों दूरों लोग इतने की महाशिवरात्रि जी दीपनगर की देख आते हैं। आओ लाइव दर्शन करवाने और दिखाने तुहानू किस तरीके ये भोलेनाथ का त्यौहार जोड़ा भोलेनाथ की विआह का त्यौहार जोड़ा कि खुशियां कि श्रद्धा भावना मनाया जाता। आओ चलते हैं हम लगी रहन दे। ओए
जोड़ा वॉशेबल मैट
मनाया जा रहा है। देख रहे हो तुम स्मार्ट इंडिया डायल चैनल के जरिए किस तरीके का लोगों में खुशी का माहौल है। इतने दीपनगर के नौजवान सभा वालों इतने डीजे का प्रबंध किया है, लंगर का भी बहुत अच्छा प्रबंध किया है। तुम देख सकते हो इस टाइम अभी नौजवान सभा वालों ने डीजे और लंगर का प्रबंध किया है। शहर की महान हस्ती महान वालिया भी इतने मौजूद है। उन्होंने मेरे वालों शिवरात्रि के शुभ अवसर से सारे सत्कारयोग महला वासी, सत्कारयोग नगर वासी, सत्कारयोग पंजाब वासी और सत्कारयोग पूरे देश वासियों नूं मेरे वालों शिवरात्रि के शुभ अवसर से लख लख मुबारक होण। परमात्मा साढ़े पूरे देश वासियों दीआं पंजाब वासियों दीआं लंबिया उम्र होन और चढ़ती कला होवे इन्हां दी सच्चे पातशाह कोलो वाहिगुरु अगे को मैं अरदास करदा कि इन्हां दी ये दिन दुगनी रात चुगनी तरक्की करन। साडियां जिहड़ियां इत्थे मेला जिहड़ा शिवरात्रि दे शुभ अवसर ते जिहड़ा इत्थे मेला कराया गया साडे सिद्धू साहब साडे शान भाजी ब्रदर ये साडे डिप्टी साडे सत्कारयोग डिप्टी पप्पू भाजी डिप्टी मेयर इन्हां सारिआं दा मैं बहुत बहुत धन्नवाद करदा और इन्हां ने ये जिहड़ा ये प्रोग्राम करवाया शिवरात्रि के शुभ अवसर से मैं इन्हों का बहुत बहुत धन्यवाद करदा। जय शंकर जय भोलेनाथ। जो कि हर साल की तरह इस साल भी साढ़े छोटे वीर निषाद जी ने और इन्हों की सारी टीम ने इतने जो भोलेनाथ जी का गुणगान किया आदे वे भा वालिया जी और साडे सिद्धू साहब ने आके भोलेनाथ जी का आशीर्वाद लिया। असी निताज भाई अगे यही दुआ करते और इन्हों जी पूरी टीम है इस तरह ही हर साल ये लंगर लगाते रहन और भोले जी का नाम जपन। जय शंकर जय भोलेनाथ। दे पावन पर्व शिवरात्रि ते समुचे देशवासियों कैंट वासियों कैंट दे विच नौजवान महासभा जेडे कि साडे शांतवीर जी आ इन्हां दा बड़ा ही मैं धन्नवादी हाँ जिसने डेमोक्रेटिक भारतीय समाज पार्टी साडे मोहतवार वीर वालिया साहब अते होर भी सारी शख्सियत नूं इस मंच ते बुला के मान सम्मान दिता अते समुचे समाज नूं एक सद्दा दिता और एक सद्दा ये ही कि शिवरात्रि के उत्ते पूरे देशवासियों नूं अते ये मैसेज आ कि सारा समाज अहीं सारे धर्म का आदर सम्मान करते हाँ। आने वाला साल इस तरह असी हुमा के फिर असी मनावांगे। जय भीम जय भारत जी। दे पावन पर्व शिवरात्रि ते समुचे देशवासियों कैंट वासियों कैंट दे विच नौजवान महासभा जेडे कि साडे शांतवीर जी आ इन्हां दा बड़ा ही मैं धन्नवादी हाँ जिसने डेमोक्रेटिक भारतीय समाज पार्टी साडे मोहतवार वीर वालिया साहब अते होर भी सारी शख्सियत नूं इस मंच ते बुला के मान सम्मान दिता अते समुचे समाज नूं एक सद्दा दिता और एक सद्दा ये ही कि शिवरात्रि के उत्ते पूरे देशवासियों नूं अते ये मैसेज आ कि सारा समाज अहीं सारे धर्म का आदर सम्मान करते हाँ। आने वाला साल इस तरह असी हुमा के फिर असी मनावांगे। जय भीम जय भारत जी। Yeah.
दोस्तों फिर मैं ताडे नाल लाइव होया जुड़िया ताडा अपना सुनील कुमार और इस टाइम असी आके खड़े हैं दीप नगर रामबाग मंदिर के अंदर जो कि शाम का टाइम हो चुका असी पूरे दिन घूम के तुहानू दर्शन करवाया भोले बाबा के और इतने दिखाया कि किस तरीके लोग खुशी मना रहे हैं भंग पी रहे हैं और जोड़ा बच्चे भी झूले लैके इंजॉयमेंट कर रहे हैं जिदा कि तुम्हें देखा इतने झूले मेला बहुत ही श्रद्धा भावना जोड़ा कि मनाया जाता बहुत ही तरह तरह के झूले लगे अलग अलग तरह की दुकाना लगिया जोड़ा कि और तुम्हें देखा कि डीजे जोड़ा कि अलग अलग जोड़ा कि कमेटियां वालों इस इलाक वासियों वालों लंगर भंडारे का भी बहुत ही अच्छा प्रबंध किया हुआ और डीजे सिस्टम भी लगाया गया और बहुत ही सोहनिया सोहनिया झांकियां से असी तुम्हें दर्शन करवाया प्रभात फेरी के दर्शन करवाए और भोले बाबा के दर्शन करके महाशिवरात्रि उत्सव देख के तुम किस तरीके का लगा प्लीज़ सानू कमेंटा के जरूर दस्यो और अपने इस चैनल में प्यार देने बहुत बहुत शुक्रिया और अपने इस चैनल में सबसक्राइब करो बैल बटन दबाओ और इसी तरीके की हर वीडियो देखने एक बार फिर तो असी ताडा बहुत बहुत धन्यवाद करते हैं शुक्रिया अदा करते हैं जो तुसी सानू इन्ना ज़्यादा प्यार दें हर सच्ची खबर देखने लिए निरता और सच्चाई के नाल इसी तरीके साडे चैनल से बने रहो हर त्यौहार से हर खबर से ताडी नज़र सब तो पहला होगी और हर त्यौहार असी तुहानू इसी चैनल के जरिए लाइव दिखावांगे मैं ताडा अपना सुनील कुमार और मेरे नाल कैमरामैन प्रदीप सारे नू प्यार देने लिए बहुत बहुत शुक्रिया एक बार फिर साडे परिवार वालों साडे स्मार्ट इंडिया डायल टीवी वालों सारे नू महाशिवरात्रि दी बहुत बहुत शुभकामना सी परमात्मा को भोले बाबा वास करते कि ताला सारे का जीवन बहुत ज़्यादा सुखल मंगल होवे जय भोलेनाथ जय महादेव।